ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦੀਵੇ ਵਾਂਗ ਬਲਦੀ ਅੱਖ ਦੀ ਕਹਾਣੀ ਹੈ। ਜਿਸ ਮਰਨੇ ਤੇ ਜਗ ਡਰੇ। ਕਿੰਨੇ ਹੀ ਸਾਲਾਂ ਤੋਂ ਬਣੇ ਨਿਤਨੇਮ ਅਨੁਸਾਰ ਰਾਮ ਸਿੰਘ ਅੱਜ ਵੀ ਹਨੇਰੇ ਉੱਠਿਆ ਸੀ। ਮੂੰਹ 'ਚ ਦਾਤਣ ਪਾ ਕੇ ਜੰਗਲ ਪਾਣੀ ਗਿਆ ਸੀ ਅਤੇ ਗੁਰਬਾਣੀ ਦਾ ਪਾਠ ਕਰਦਿਆਂ ਉਹਨੇ ਇਸ਼ਨਾਨ ਕੀਤਾ ਸੀ, ਪਰ ਅੱਜ ਉਹ ਗੁਰਦੁਆਰੇ ਜਾਣ ਦੀ ਥਾਂ ਸੁਭਾਤ ਵਿੱਚ ਪਲੰਘ ਉੱਤੇ ਲੰਮਾ ਪੈ ਗਿਆ ਸੀ। ਅੱਖਾਂ ਉਹਦੀਆਂ ਛੱਤ ਦੀਆਂ ਕੜੀਆਂ 'ਤੇ ਟਿਕੀਆਂ ਹੋਈਆਂ ਸਨ, ਜਿਵੇਂ ਉਹ ਛੱਤ ਨੂੰ ਪਾੜ ਕੇ ਉਹ ਤੋਂ ਬਹੁਤ ਅੱਗੇ ਸੱਖਣੇ ਅਸਮਾਨ 'ਚ ਵੇਖ ਰਹੀਆਂ ਹੋਣ। ਉਹਦੀ ਪਤਨੀ ਨੂੰ ਪੂਰੀ ਹੋਇਆ, ਅੱਜ ਤੀਜਾ ਦਿਨ ਸੀ। ਉਹ ਵੇਖ ਰਿਹਾ ਸੀ ਭਜਨ ਪਾਠ ਦੇ ਸਭੇ ਸਾਧਨ ਉਹਦੇ ਮਨ ਨੂੰ ਸ਼ਾਂਤੀ ਦੇਣ ਤੋਂ ਬਿਲਕੁਲ ਅਸਮਰਥ ਸਿੱਧ ਹੋ ਰਹੇ ਸਨ। ਜਦੋਂ ਤੋਂ ਰਾਮ ਸਿੰਘ ਨੇ ਵੱਡੇ ਸੰਤਾਂ ਦੇ ਹੱਥੋਂ ਅੰਮ੍ਰਿਤ ਛਕਿਆ ਸੀ ਅਤੇ ਗੁਰਬਾਣੀ ਦਾ ਰਸ ਲੈਣਾ ਆਰੰਭਿਆ ਸੀ, ਉਹ ਮੌਤ ਨੂੰ ਪੂਰਨ ਪਰਮ ਆਨੰਦ ਪਾਉਣ ਦੀ ਘੜੀ ਸਮਝਦਾ ਆਇਆ ਸੀ। ਆਂਢ ਗੁਆਂਢ 'ਚ ਕਦੀ ਕੋਈ ਮਰਗ ਹੋ ਜਾਂਦੀ, ਲੋਕ ਰਾਮ ਸਿੰਘ ਨੂੰ ਕੀਰਤਨ ਸੋਹਲਿਆ ਦਾ ਪਾਠ ਕਰਵਾਉਣ ਲਈ ਬੁਲਾ ਲੈਂਦੇ। ਉਹ ਪਾਠ ਕਰਦਾ, ਚਿਖਾ ਨੂੰ ਅਗਨੀ ਛੁਆਈ ਜਾਂਦੀ, ਉਹ ਇਕੱਠੇ ਹੋਏ ਲੋਕਾਂ ਨੂੰ ਮੱਚਦੇ ਸਿਵੇ ਤੋਂ ਹਟ ਕੇ ਖਲੋਤਿਆਂ, ਰਾਹ 'ਚ ਮੁੜਦਿਆਂ ਅਤੇ ਸੱਥਰ ਉੱਤੇ ਬੈਠਿਆਂ ਗੁਰਬਾਣੀ ਵਿੱਚੋਂ ਪ੍ਰਮਾਣ ਦੇ ਕੇ ਧੀਰਜ ਬਣਾਉਂਦਾ ਰਹਿੰਦਾ। ਆਪ ਉਹਨੂੰ ਕਦੀ ਮੌਤ ਬਾਰੇ ਸੋਚ ਕੇ ਰਤੀ ਭਰ ਵੀ ਭੈ ਨਹੀਂ ਸੀ ਆਇਆ। ਮੌਤ ਉਹਦੀ ਨਿਗਾਹ 'ਚ ਮਨੁੱਖ ਨੂੰ ਪਾਰ ਬ੍ਰਹਮ ਨਾਲ, ਆਤਮਾ ਨੂੰ ਪਰਮਾਤਮਾ ਨਾਲ ਮੇਲਣ ਵਾਲਾ ਪੁਲ ਸੀ। ਪੂਰੀ ਹੋਣ ਤੋਂ 10-12 ਦਿਨ ਪਹਿਲਾਂ ਬਚਿੰਤ ਕੌਰ ਜਦੋਂ ਕੁਝ ਢਿੱਲੀ ਹੋ ਗਈ ਸੀ, ਉਦੋਂ ਉਹਦੀ ਮੌਤ ਬਾਰੇ ਤਾਂ ਭਾਵੇਂ ਰਾਮ ਸਿੰਘ ਨੂੰ ਚਿੱਤ ਚੇਤਾ ਵੀ ਨਹੀਂ ਸੀ, ਪਰ ਮੌਤ ਨੂੰ ਉਹ ਉਵੇਂ ਇੱਕ ਖੇਡ ਸਮਝਦਾ ਰਿਹਾ ਸੀ। ਅਤੇ ਜਦੋਂ ਦਵਾਈ ਬੂਟੀ ਦੇ ਬਾਵਜੂਦ ਬਚਿੰਤ ਕੌਰ ਦੀ ਅੰਤਿਮ ਘੜੀ ਨੇੜੇ ਆ ਗਈ ਜਾਪਦੀ ਸੀ, ਰਾਮ ਸਿੰਘ ਦਾ ਦਿਲ ਫੇਰ ਵੀ ਨਹੀਂ ਸੀ ਡੋਲਿਆ। ਆਖਿਰ ਬਚਿੰਤ ਕੌਰ ਦੀਆਂ ਗਿਆਨ ਇੰਦਰੀਆਂ ਨੇ ਜਵਾਬ ਦੇਣਾ ਸ਼ੁਰੂ ਕਰਤਾ। ਰਾਮ ਸਿੰਘ ਉਹਦੇ ਸਿਰਾਣੇ ਬੈਠਾ ਪਾਠ ਕਰਦਾ ਰਿਹਾ ਸੀ, ਉਹਦੀਆਂ ਅੱਖਾਂ 'ਚ ਪਾਣੀ ਨਹੀਂ ਸੀ ਆਇਆ। ਅਤੇ ਫਿਰ ਜਦੋਂ ਬਚਿੰਤ ਕੌਰ ਨੂੰ 2-4 ਕਾਲੇ ਕਾਲੇ ਸਾਹ ਆ ਕੇ ਉਹਦੀ ਜਿੰਦ ਉਡਾਰੀ ਲਾਉਣ ਲੱਗੀ ਤਾਂ ਰਾਮ ਸਿੰਘ ਨੇ ਸਿਰਾਣੇ ਉੱਠ ਕੇ ਗੁਰਦੁਆਰਿਓਂ ਲਿਆਂਦੇ ਜਲ ਦਾ ਚਮਚ ਆਪ ਉਹਦੇ ਮੂੰਹ 'ਚ ਪਾਇਆ ਸੀ, ਪਰ ਉਹ ਅੰਦਰ ਜਾਣ ਦੀ ਥਾਂ ਖਾਖ ਵਿੱਚੋਂ ਹੋ ਕੇ ਬਾਹਰ ਡੁੱਲ ਗਿਆ ਸੀ। ਅਤੇ ਰਾਮ ਸਿੰਘ ਨੇ ਕੋਲ ਬੈਠੇ ਆਪਣੇ ਭਤੀਜਿਆਂ ਨੂੰ ਕਿਹਾ ਸੀ, ਲਓ ਵੀ ਮੁੰਡਿਓ, ਤੁਹਾਡੀ ਤਾਈ ਤਾਂ ਚੱਲੀ ਹੈ ਬੈਕੁੰਠ ਧਾਮ ਨੂੰ। ਪਰਿਵਾਰ ਦੇ ਜੀ ਰੋਣ ਕੁਰਲਾਉਣ ਲੱਗ ਪਏ ਸਨ, ਗੁਆਂਢੀ ਇਕੱਠੇ ਹੋਣ ਲੱਗ ਪਏ ਸਨ, ਪਰ ਰਾਮ ਸਿੰਘ ਪੂਰੀ ਹੋ ਚੁੱਕੀ ਪਤਨੀ ਦੇ ਕੋਲ ਬੈਠਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ ਉਚਾਰ ਰਿਹਾ ਸੀ। ਅਤੇ ਮਨੁੱਖੀ ਦੇਹ ਦੀ ਅਸਥਿਰਤਾ ਦੱਸ ਕੇ ਰੋਂਦੇ ਸਾਕ ਸੰਬੰਧੀਆਂ ਨੂੰ ਧੀਰਜ ਧਰਨ ਦੀ ਅਤੇ ਚੁੱਪ ਰਹਿਣ ਦੀ ਸਿੱਖਿਆ ਦੇ ਰਿਹਾ ਸੀ। ਰਾਮ ਸਿੰਘ ਨੇ ਬਚਿੰਤ ਕੌਰ ਦੀ ਚਿਖਾ ਚਿਣੇ ਜਾਣ ਪਿੱਛੋਂ ਆਪ ਕੀਰਤਨ ਸੋਹਲੇ ਦਾ ਪਾਠ ਕੀਤਾ ਸੀ, ਹੱਥੀਂ ਲਾਂਬੂ ਲਾਇਆ ਸੀ ਅਤੇ ਘਰ ਆ ਕੇ ਹੱਥੀਂ ਦੇਖ ਕਰਕੇ ਅਰਥੀ ਦੇ ਨਾਲ ਹੋ ਕੇ ਮੁੜੀ ਸੰਗਤ ਨੂੰ ਪ੍ਰਸ਼ਾਦ ਵਰਤਾਇਆ ਸੀ। ਅਤੇ ਫਿਰ ਉਹ ਸੱਥਰ ਉੱਤੇ ਬੈਠੇ ਲੋਕਾਂ ਨੂੰ ਗੁਰਬਾਣੀ ਵਿੱਚੋਂ ਹਵਾਲੇ ਦੇ ਕੇ ਸਰੀਰ ਦੇ ਚਲਾਏਮਾਨ ਹੋਣ ਬਾਰੇ ਗੱਲਾਂ ਸੁਣਾਉਂਦਾ ਰਿਹਾ ਸੀ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਪਰ ਹੁਣ ਸੱਖਣਾ ਸੱਖਣਾ ਵੇਖਦਿਆਂ ਰਾਮ ਸਿੰਘ ਸੋਚ ਰਿਹਾ ਸੀ ਕਿ ਗੱਲ ਉਸ ਤਰ੍ਹਾਂ ਤਾਂ ਨਹੀਂ ਸੀ ਜਿਵੇਂ ਉਹ ਸਮਝਦਾ ਰਿਹਾ ਸੀ। ਪਰਸੋਂ ਦੀ ਸ਼ਾਮ 'ਤੇ ਅੱਧੀ ਰਾਤ ਸੱਥਰ ਉੱਤੇ ਜੁੜੇ ਲੋਕਾਂ ਨਾਲ ਗੱਲਾਂ ਕਰਦਿਆਂ ਬੀਤ ਗਈ ਸੀ। ਰਾਤ ਦੇ ਪਿਛਲੇ ਪੱਖ ਨੀਂਦ ਦਾ ਠੌਂਕਾ ਆ ਗਿਆ। ਕੱਲ੍ਹ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਰਾਮ ਸਿੰਘ ਕਿੰਨਾ ਹੀ ਚਿਰ ਪਾਠ ਕਰਦਾ ਰਿਹਾ ਸੀ ਅਤੇ ਪਿਛਲੇ ਪੈਰ ਹਮਦਰਦੀ ਲਈ ਆਏ ਲੋਕਾਂ ਨਾਲ ਬਚਨ ਬਲਾਸ ਕਰਦਿਆਂ ਸ਼ਾਮ ਪੈ ਗਈ। ਪਰ ਇਸ ਰਾਤ ਜਾਗ ਨੀਂਦੇ ਜਿਹੇ 'ਚ ਉਹਨੂੰ ਕਈ ਵਾਰ ਅਜੀਬ ਅਜੀਬ ਸੁਪਨੇ ਆਏ ਸੀ ਅਤੇ ਕਈ ਵਾਰ ਉਹਦੀ ਅੱਖ ਖੁੱਲ੍ਹੀ ਸੀ। ਕਦੀ ਉਹਨੂੰ ਲੱਗਿਆ ਸੀ ਕਿ ਬਚਿੰਤ ਕੌਰ ਉਹਦੇ ਸਿਰਾਣੇ ਖੜ੍ਹੀ ਹੈ, ਕਦੀ ਉਹਨੇ ਵੇਖਿਆ ਸੀ ਬਚਿੰਤ ਕੌਰ ਉੱਡਦੀ ਜਾ ਰਹੀ ਹੈ, ਉੱਡਦੀ ਜਾ ਰਹੀ ਹੈ ਤਾਂ ਹੀ ਤਾਂ ਖੁੱਲ੍ਹੇ ਅਸਮਾਨਾਂ 'ਚ। ਕਦੀ ਉਹਨੂੰ ਦੱਸਿਆ ਸੀ ਬਚਿੰਤ ਕੌਰ ਸਾਮਰ ਤੱਕ ਖੜ੍ਹੀ ਦੀ ਖੜ੍ਹੀ ਉਹਦੇ ਸਾਹਮਣੇ ਖੁਰ ਕੇ ਸਵਾਹ ਦੀ ਢੇਰੀ ਬਣ ਗਈ ਹੈ ਅਤੇ ਹਵਾ ਦੇ ਬੁੱਲਿਆਂ ਨਾਲ ਉਹ ਸਵਾਹ ਚਾਰ ਚੁਫੇਰੇ ਖਿੰਡ ਖਿੰਡ ਜਾਂਦੀ ਹੈ। ਹਰ ਵਾਰ ਪਾਸਾ ਪਰਤ ਕੇ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਨੇ ਸੌਣ ਦਾ ਯਤਨ ਕੀਤਾ ਸੀ, ਪਰ ਨੀਂਦ ਘੱਟ ਵੱਧਦੀ ਆਈ ਸੀ। ਅੱਜ ਦਾ ਦਿਨ ਗਈ ਰਾਤ ਨਾਲੋਂ ਵੀ ਬੋਝਲ ਸੀ। ਰਾਮ ਸਿੰਘ ਆਪਣੀਆਂ ਸੋਚਾਂ ਨੂੰ ਫੜ ਫੜ ਕੇ ਬਹਾਉਂਦਾ ਸੀ, ਪਰ ਉਹ ਖਿੰਡ ਖਿੰਡ ਜਾਂਦੀਆਂ ਸਨ। ਉਹ ਚਾਹੁੰਦਾ ਸੀ ਕਿ ਹੋਈ ਬੀਤੀ ਕੋਈ ਗੱਲ ਉਹਦੇ ਯਾਦ ਨਾ ਆਵੇ, ਉਹ ਬਸ ਪੱਥਰ ਵਾਂਗ ਮੰਜੇ 'ਤੇ ਪਿਆ ਰਹੇ ਪਿਆਈ ਰਹੇ, ਪਰ ਉਹਦੇ ਲੰਘੇ ਹੋਏ ਸਾਲਾਂ ਦੀ ਕਿਤਾਬ ਮੁੜ ਮੁੜ ਅੱਖਾਂ ਸਾਹਮਣੇ ਆਪਣੇ ਆਪ ਹੀ ਖੁੱਲ੍ਹ ਜਾਂਦੀ ਸੀ। ਰਾਮ ਸਿੰਘ ਨੇ ਆਪਣੀ ਜਵਾਨੀ ਦੇ ਵਰ੍ਹਿਆਂ 'ਚ ਹੀ ਵਾਹੀ ਕੀਤੀ ਸੀ, ਕੁਝ ਸਾਲ ਵਿਆਹ ਤੋਂ ਪਹਿਲਾਂ, ਕੁਝ ਸਾਲ ਵਿਆਹ ਤੋਂ ਪਿੱਛੋਂ। ਫਿਰ ਉਹ ਸਿੰਘ ਸੱਜ ਗਿਆ ਸੀ, ਕੁਝ ਭਜਨ ਪਾਠ ਦੀ ਲਗਨ, ਕੁਝ ਜਵਾਨੀ ਦਾ ਜਾਂਦੇ ਰਹਿਣਾ ਅਤੇ ਔਲਾਦ ਦਾ ਵੀ ਨਾ ਹੋਣਾ, ਉਹਨੇ ਵਾਹੀ ਛੱਡ ਦਿੱਤੀ। ਕਾਲੇ ਬਲਦ ਵਾਂਗ ਕਮਾਉਂਦਾ ਤਾਂ ਕਿਹਦੀ ਖਾਤਰ, ਉਹ ਅਤੇ ਬਚਿੰਤ ਕੌਰ ਦੋ ਹੀ ਤਾਂ ਢਿੱਡ ਸਨ, ਉਹਨਾਂ ਨੂੰ ਜ਼ਮੀਨ ਹਿੱਸੇ ਠੇਕੇ ਉੱਤੇ ਦੇ ਕੇ ਵੀ ਖਾਣ ਜੋਗੇ ਦਾਣੇ ਆ ਸਕਦੇ ਸਨ। ਆਪਣੇ ਭਾਈ ਭਤੀਜਿਆਂ ਨਾਲੋਂ ਵੱਖ ਹੋ ਗਿਆ, ਸੁਭਾਅ ਦਾ ਉਹ ਪਹਿਲੇ ਦਿਨੋਂ ਹੀ ਨਰਮ ਸੀ, ਵੱਖ ਹੋਣ ਤੋਂ ਪਿੱਛੋਂ ਵੀ ਉਹਨਾਂ ਨਾਲ ਉਹਦੇ ਚੰਗੇ ਸੰਬੰਧ ਬਣੇ ਰਹੇ ਸੀ।
ਰਾਮ ਸਿੰਘ ਦੇ ਭਤੀਜਿਆਂ ਨੂੰ ਵੀ ਜ਼ਮਾਨੇ ਦੀ ਹਵਾ ਨਹੀਂ ਸੀ ਲੱਗੀ। ਨਾ ਉਹਨਾਂ ਦੀ ਅੱਖ ਕਦੇ ਪਿਓ ਅੱਗੇ ਉੱਚੀ ਹੋਈ ਸੀ ਅਤੇ ਨਾ ਹੀ ਤਾਏ ਸਾਹਮਣੇ ਉਹ ਕਦੇ ਕੁਸਕੇ ਸਨ। ਰਾਮ ਸਿੰਘ ਸਵੇਰੇ ਹੀ ਸਵੇਰੇ ਉੱਠਦਾ, ਜਦੋਂ ਹਾਲੀਆਂ ਨੇ ਹਲ ਜੋੜਨੇ ਹੁੰਦੇ ਸਨ, ਜੰਗਲ ਪਾਣੀ ਜਾ ਕੇ ਨਹਾਉਂਦਾ ਅਤੇ ਪਾਠ ਕਰਦਾ। ਇਹਨੇ ਨੂੰ ਬਚਿੰਤ ਕੌਰ ਚਾਹ ਕਰ ਲੈਂਦੀ। ਉਹ ਗੁਰਦੁਆਰੇ ਹੋ ਕੇ ਮੁੜਦਾ ਤਾਂ ਰੋਟੀ ਵੇਲਾ ਹੋ ਚੁੱਕਿਆ ਹੁੰਦਾ। ਦੁਪਹਿਰੇ ਉਹ ਕੋਈ ਜਨਮ ਸਾਖੀ ਤਵਾਰੀਖ ਜਾਂ ਹੋਰ ਗ੍ਰੰਥ ਪੜ੍ਹਦਾ ਅਤੇ ਬਚਿੰਤ ਕੌਰ ਸੁਣਦੀ ਰਹਿੰਦੀ। ਦਿਨ ਢਲਿਆਂ ਉਹ ਖੇਤਾਂ ਨੂੰ ਤੁਰ ਪੈਂਦਾ, ਨਾਲੇ ਸੈਰ ਹੋ ਜਾਂਦੀ, ਨਾਲੇ ਫਸਲਾਂ 'ਚ ਗੇੜਾ ਵੱਜ ਜਾਂਦਾ। ਸ਼ਾਮੀ ਘਰ ਆ ਕੇ ਉਹ ਕਰਨ ਵਾਲਾ ਕੋਈ ਨਿੱਕਾ ਮੋਟਾ ਕੰਮ ਕਰਦਾ, ਪੰਜ ਇਸ਼ਨਾਨਾ ਕਰਕੇ ਨਿਤਨੇਮ ਨੇਪਰੇ ਚੜ੍ਹਦਾ ਅਤੇ ਬਚਿੰਤ ਕੌਰ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਦਾ ਸੌ ਜਾਂਦਾ। ਨਾ ਰਾਮ ਸਿੰਘ ਦੀ ਜ਼ਿੰਦਗੀ 'ਚ ਕੋਈ ਵੱਡਾ ਦੁੱਖ ਸੀ ਅਤੇ ਨਾ ਕਿਸੇ ਵੱਡੇ ਸੁੱਖ ਦਾ ਹੀ ਉਹ ਇੱਛਕ ਸੀ, ਅਤੇ ਨਾ ਉਹਨੂੰ ਕੋਈ ਗਮ ਸੀ ਅਤੇ ਨਾ ਹੀ ਉਹਨੇ ਕਿਸੇ ਵੱਡੀ ਖੁਸ਼ੀ ਦੀ ਚਾਹਨਾ ਕੀਤੀ ਸੀ। ਦਿਨ ਆਉਂਦਾ ਸੀ, ਦਿਨ ਜਾਂਦਾ ਸੀ ਅਤੇ ਉਹ ਦੋਵੇਂ ਜੀ ਟਿਕਵੀਂ ਨਹਿਰ ਦੇ ਪਾਣੀ ਵਾਂਗ ਰੁਮਕ ਰੁਮਕ ਸ਼ਾਂਤ ਤੌਰ ਤੁਰੇ ਜਾਂਦੇ ਸਨ। ਨਾ ਕੋਈ ਰੌਲਾ, ਨਾ ਕੋਈ ਸ਼ੋਰ। ਗੁਰਬਾਣੀ ਦੇ ਪ੍ਰਭਾਵ ਕਾਰਨ ਉਹ ਸਮਝਦਾ ਸੀ ਮਨੁੱਖ 84 ਦੇ ਗੇੜ 'ਚ ਇਸ ਸੰਸਾਰ ਉੱਤੇ ਆਉਂਦਾ ਅਤੇ ਜੂਨ ਭੋਗ ਕੇ ਤੁਰ ਜਾਂਦਾ। ਇਸ ਜੱਗ ਨਾਲੋਂ, ਇਸ ਜੱਗ ਦੀਆਂ ਵਸਤਾਂ ਨਾਲੋਂ, ਇਸ ਜੱਗ ਦੀਆਂ ਗੱਲਾਂ ਨਾਲੋਂ ਰਾਮ ਸਿੰਘ ਦੀ ਇੱਕ ਵਿੱਥ ਜੀ ਬਣੀ ਹੋਈ ਸੀ, ਕਮਲ ਦੇ ਫੁੱਲ ਵਾਂਗ ਜਲ 'ਚ ਵਹਿ ਕੇ ਵੀ ਨਿਰਲੇਪ। ਕਿਸੇ ਚੀਜ਼ ਦਾ, ਕਿਸੇ ਬੰਦੇ ਦਾ ਉਹਨੂੰ ਕਦੀ ਹੱਦੋਂ ਬਹੁਤਾ ਮੋਹ ਨਹੀਂ ਸੀ ਆਇਆ, ਕਿਸੇ ਨਾਲ ਉਹਨੂੰ ਕਦੀ ਵੈਰ ਨਹੀਂ ਸੀ ਜਾਪਿਆ। ਪਿਛਲੀ ਉਮਰੇ ਉਹਨੇ ਸਾਗ ਸਕੀਰੀਆਂ ਵਿੱਚ ਜਾਣਾ ਵੀ ਘੱਟ ਕਰਤਾ ਸੀ। ਰਿਸ਼ਤੇਦਾਰ ਆਉਂਦੇ, ਦੋਵੇਂ ਘਰੀ ਮਿਲ ਜਾਂਦੇ, ਉਹਦੇ ਭਾਈ ਭਤੀਜਿਆਂ ਵੱਲ ਵੀ, ਉਹਦੇ ਵੱਲ ਵੀ। ਬਸ ਉਹ ਅਤੇ ਬਚਿੰਤ ਕੌਰ, ਇਹੋ ਉਹਦਾ ਸੰਸਾਰ ਸੀ। ਜੇ ਉਹਨੇ ਕੋਈ ਕੰਮ ਕਰਵਾਉਣਾ ਹੁੰਦਾ ਜਾਂ ਉਹਨੂੰ ਕਿਸੇ ਚੀਜ਼ ਦੀ ਲੋੜ ਪੈਂਦੀ, ਉਹਦੇ ਭਾਈ ਦੇ ਪਰਿਵਾਰ ਨੇ ਕਦੀ ਉਹਨੂੰ ਨਿਰਾਸ਼ ਨਹੀਂ ਸੀ ਕੀਤਾ, ਕਿਸੇ ਵੀ ਵੱਡੇ ਛੋਟੇ ਨੇ ਕਦੇ ਉਹਦਾ ਕਿਹਾ ਨਹੀਂ ਸੀ ਮੁੜਿਆ। ਬਚਿੰਤ ਕੌਰ ਨੂੰ ਉਹਦੀ ਹਰ ਆਦਤ ਦਾ, ਉਹਦੇ ਹਰ ਕੰਮ ਦੇ ਵੇਲੇ ਦਾ, ਉਹਦੇ ਹਰ ਵੇਲੇ ਦੀ ਲੋੜ ਦਾ ਪਤਾ ਸੀ। ਉਹਨੂੰ ਕਦੇ ਕੁਝ ਆਖਣ ਵੇਖਣ ਦੀ ਲੋੜ ਨਹੀਂ ਸੀ ਪਈ। ਉਹਦੇ ਦਿਲ 'ਚ ਕੋਈ ਗੱਲ ਆਉਂਦੀ, ਬਚਿੰਤ ਕੌਰ ਜਿਵੇਂ ਆਪੇ ਹੀ ਪਹਿਲਾਂ ਬੁੱਝ ਲੈਂਦੀ। ਰਾਮ ਸਿੰਘ ਦੀਆਂ ਅੱਖਾਂ ਅੱਗੇ ਧੁੰਦ ਜੀ ਆ ਗਈ, ਛੱਤ ਦੀਆਂ ਕੜੀਆਂ ਮੱਧਮ ਪੈ ਗਈਆਂ। ਉਹਨੇ ਗੁੱਠੇ 'ਤੇ ਵਿਚਕਾਰਲੀ ਉਂਗਲ ਨਾਲ ਦੋਵੇਂ ਅੱਖਾਂ ਮਲੀਆਂ, ਗੁੱਠੇ 'ਤੇ ਉਂਗਲੀ ਦੇ ਪੋਟੇ ਗਿੱਲੇ ਹੋ ਗਏ। ਅੱਖਾਂ ਝਪਕੇ ਉੱਠਿਆ ਅਤੇ ਹੱਥਾਂ ਪੈਰਾਂ ਉੱਤੇ ਪਾਣੀ ਦੇ ਚਿੱਟੇ ਮਾਰ ਕੇ ਮਹਾਰਾਜ ਦੀ ਤਾਬਿਆਂ ਬੈਠ ਗਿਆ। ਪਾਠ ਕਰਕੇ ਉਹ ਡੋਲਦੇ ਮਨ ਨੂੰ ਸਥਿਰ ਕਰਨਾ ਚਾਹੁੰਦਾ ਸੀ, ਪਰ ਦੋ ਚਾਰ ਪੰਨੇ ਪੜ੍ਹੇ ਅਤੇ ਬੀੜ ਉੱਤੇ ਰੇਸ਼ਮੀ ਰੁਮਾਲ ਦੇ ਦਿੱਤਾ। ਫਿਰ ਐਵੇਂ ਹੀ ਉੱਠ ਕੇ ਉਹ ਨਾਲ ਦੇ ਕਮਰੇ 'ਚ ਚਲਾ ਗਿਆ। ਬਿਨਾਂ ਮਤਲਬ ਉਹਨੇ ਟਾਂਡ ਉੱਤੇ ਹੱਥ ਮਾਰਿਆ। ਬਚਿੰਤ ਕੌਰ ਦੀ ਐਨਕ ਪਈ ਸੀ, ਐਨਕ ਨੂੰ ਡੱਬੀ 'ਚੋਂ ਕੱਢ ਕੇ ਉਹਨੇ ਆਪਣੀ ਕਮੀਜ਼ ਦੇ ਅੱਗੇ ਨਾਲ ਉਹਦੇ ਸ਼ੀਸ਼ੇ ਸਾਫ਼ ਕੀਤੇ ਅਤੇ ਡੱਬੀ 'ਚ ਪਾ ਕੇ ਮੁੜ ਉੱਥੇ ਹੀ ਰੱਖ ਦਿੱਤੀ। ਕੋਲ ਹੀ ਸ਼ੀਸ਼ੀ 'ਚ ਪੀਠੀਆਂ ਹੋਈਆਂ ਕਾਲੀਆਂ ਮਿਰਚਾਂ ਅਤੇ ਦੇਸੀ ਖੰਡ ਰਲਾ ਕੇ ਰੱਖੀਆਂ ਪਈਆਂ ਸਨ। ਜਦੋਂ ਕਦੀ ਖੰਘ ਛਿੜਦੀ ਸੀ, ਬਚਿੰਤ ਕੌਰ ਸ਼ੀਸ਼ੀ ਖੋਲ੍ਹ ਕੇ ਇਸ ਫੱਕੀ ਦੀ ਤਲੀ ਲੈ ਲਿਆ ਕਰਦੀ ਸੀ। ਖੰਘ ਟਿਕ ਜਾਂਦੀ ਅਤੇ ਉਹਨੂੰ ਸਾਹ ਸੌਖਾ ਆਉਣ ਲੱਗ ਜਾਂਦਾ। ਸਟੂਲ ਉੱਤੇ ਅੱਧ ਵਿਚਾਲੇ ਰਹਿ ਗਈਆਂ ਦਵਾਈਆਂ ਪਈਆਂ ਸਨ। ਬਚਿੰਤ ਕੌਰ ਉਹਨਾਂ ਦੇ ਖਤਮ ਹੋਣ ਦੀ ਉਡੀਕ ਕੀਤੇ ਬਿਨਾਂ ਹੀ ਤੁਰ ਗਈ ਸੀ। ਜਾਣ ਵਾਲਾ ਕਿਵੇਂ ਚਲਿਆ ਜਾਂਦਾ ਹੈ ਅਤੇ ਉਹਦਾ ਜੋੜਿਆ ਹੋਇਆ ਸਭ ਕੁਝ ਇੱਥੇ ਹੀ ਪਿਆ ਰਹਿ ਜਾਂਦਾ ਹੈ। ਸਾਹਮਣੀ ਕੰਧ ਉੱਤੇ ਬਚਿੰਤ ਕੌਰ ਦੇ ਕੱਪੜੇ ਲਟਕ ਰਹੇ ਸਨ। ਸੱਜੀ ਕੰਧ ਉੱਤੇ 2-3 ਮਹੀਨੇ ਪਹਿਲਾਂ ਪੋਚਾ ਫੇਰ ਕੇ ਲਾਜਵਾਰ ਨਾਲ ਉਹਦੇ ਪਾਏ ਹੋਏ ਵੇਲ ਬੂਟੇ ਸਨ, ਜਿਨ੍ਹਾਂ ਹੇਠ ਅਨਪੜ੍ਹਾਂ ਵਾਲੇ ਅੱਖਰਾਂ 'ਚ ਉਹਨੇ ਆਪਣੇ ਹੱਥੀਂ ਸਤਨਾਮ ਵਾਹਿਗੁਰੂ ਜੀ ਮਹਾਰਾਜ ਲਿਖਿਆ ਹੋਇਆ ਸੀ। ਰਾਮ ਸਿੰਘ ਦਾ ਦਿਲ ਬੈਠ ਜਿਹਾ ਗਿਆ, ਪਰ ਇਹ ਤਾਂ ਵਾਹਿਗੁਰੂ ਦਾ ਭਾਣਾ ਸੀ, ਹੁਕਮ ਸੀ। ਉਹ ਮੁੜ ਕੇ ਮੰਜੇ 'ਤੇ ਆ ਬੈਠਾ। ਭਾਰੇ ਮਨ ਨੂੰ ਹੌਲਾ ਕਰਨ ਲਈ ਉਹਨੇ ਚਾਹਿਆ ਕਿ ਕੱਲ੍ਹ ਵਾਂਗ ਸ਼ਬਦ ਪੜ੍ਹੇ, ਉੱਚੀ ਉੱਚੀ ਪੜ੍ਹੇ। ਜਿਸ ਮਰਨੇ 'ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈ ਹੈ ਪੂਰਨ ਪਰਮਾਨੰਦ। ਅੱਖਾਂ ਉਹਨੇ ਬੰਦ ਕਰ ਲਈਆਂ ਅਤੇ ਸ਼ਬਦ ਉਚਾਰਿਆ, ਜਿਸ ਪਰ ਬੋਲ ਉਹਦੇ ਸੰਗ 'ਚੋਂ ਨਹੀਂ ਸੀ ਨਿਕਲ ਰਹੀ। ਨਿੱਕਾ ਜਿਹਾ ਖੰਘੂਰਾ ਮਾਰ ਕੇ ਰਾਮ ਸਿੰਘ ਸ਼ਬਦ ਪੜ੍ਹਨ ਲੱਗਿਆ, ਜਿਸ ਪਿਆਰੇ ਸਿਓਨੇ ਹੋ, ਅਤੇ ਉਹਦੀਆਂ ਅੱਖਾਂ ਵਹਿ ਤੁਰੀਆਂ। ਇਹ ਕਿਹੜਾ ਸ਼ਬਦ ਆਪਣੇ ਆਪ ਉਹਦੀ ਜ਼ਬਾਨ ਉੱਤੇ ਆ ਗਿਆ ਸੀ? ਜਿਸ ਪਿਆਰੇ ਸਿਓਨੇ ਹੋ, ਤਿਸ ਆਗੇ ਮਰ ਚੱਲੀ ਹੈ ਧ੍ਰਿਗ ਜੀਵਨ ਸੰਸਾਰ, ਤਾਂ ਕਿ ਪਾਛੇ ਜੀਵਨਾ। ਕਿੰਨਾ ਹੀ ਚਿਰ ਅੱਖਾਂ ਬੰਦ ਕਰਕੇ ਉਹ ਇਹ ਸ਼ਬਦ ਉਚਾਰਦਾ ਰਿਹਾ। ਫਿਰ ਉਹਨੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਕੋਲ ਪਈ ਪਾਣੀ ਦੀ ਗੜਵੀ ਨਾਲ ਮੂੰਹ ਧੋਤਾ ਅਤੇ ਜੁੱਤੇ ਪਾ ਕੇ ਬਾਹਰ ਨੂੰ ਤੁਰ ਪਿਆ। ਤਿੱਖਾ ਦੁਪਹਿਰਾ ਹੋ ਚੱਲਿਆ ਸੀ, ਉਹ ਘਰ ਨਾ ਮੁੜਿਆ। ਉਹਦੇ ਭਾਈ ਦਾ ਪਰਿਵਾਰ ਪਰੇਸ਼ਾਨ ਹੋਣ ਲੱਗਿਆ। ਗੁਰਦੁਆਰੇ ਉਹਨੇ ਕਦੀ ਇੰਨਾ ਚਿਰ ਤਾਂ ਨਹੀਂ ਸੀ ਲਾਇਆ। ਵੱਡਾ ਭਤੀਜਾ ਪਤਾ ਕਰਨ ਗਿਆ ਤਾਂ ਰਾਮ ਸਿੰਘ ਗੁਰਦੁਆਰੇ ਵੀ ਨਹੀਂ ਸੀ। ਐਵੇਂ ਮੁੰਡੇ ਦੇ ਮਨ 'ਚ ਆਈ ਤਾਇਆ ਕਿਤੇ ਤਾਈ ਦਾ ਸਿਵਾ ਵੇਖਣ ਹੀ ਨਾ ਚਲਾ ਗਿਆ ਹੋਵੇ। ਗੁਰਦੁਆਰਿਓ ਨਿਕਲ ਕੇ ਪਿੱਪਲਾਂ ਵਾਲੇ ਟੋਭੇ ਦੇ ਨਾਲ ਨਾਲ ਹੋ ਕੇ ਜਦੋਂ ਕਰੀਰਾਂ ਦੀ ਝਿੜੀ 'ਚ ਪੁੱਜਿਆ ਤਾਂ ਰਾਮ ਸਿੰਘ ਮੂਧੇ ਮੂੰਹ ਸਿਵੇ ਉੱਤੇ ਪਿਆ ਸੀ।
ਉਹਦੀਆਂ ਦੋਵੇਂ ਮੁੱਠੀਆਂ 'ਚ ਸੁਆਹ ਘੁੱਟੀ ਹੋਈ ਸੀ। ਧੰਨਵਾਦ। ਅਗਲੀ ਕਹਾਣੀ ਹੈ ਰਾਤਾਂ ਕਾਲੀਆਂ। ਮੰਡੀ ਦਾਣੇ ਵੇਚਣ ਆਏ ਗੁਆਂਢੀਆਂ ਦੇ ਗੱਡੇ ਉੱਤੇ ਸਮਾਨ ਰੱਖ ਕੇ ਜਦੋਂ ਗੁਰਨਾਮ ਸ਼ਹਿਰੋਂ ਬਾਹਰ ਆਇਆ ਉਹਦੇ ਪੈਰ ਕਾਲੇ ਪੈ ਗਏ। ਭਾਵੇਂ ਉਹਨੂੰ ਇਹਨਾਂ ਰਾਹਾਂ, ਇਹਨਾਂ ਬਿਰਛਾਂ, ਇਹਨਾਂ ਖੇਤਾਂ ਤੋਂ ਦੂਰ ਗਿਆਂ ਕੁਝ ਮਹੀਨੇ ਬੀਤੇ ਸਨ, ਪਰ ਉਹਨੂੰ ਇਹ ਸਭ ਕੁਝ ਦਾ ਬੜਾ ਮੋਹ ਆ ਰਿਹਾ ਸੀ। ਵਡੇਰੀ ਖਿੱਚ ਉਹਨੂੰ ਘਰ ਦੀ ਸੀ। ਮਾਪੇ, ਪਤਨੀ, ਬੱਚਿਆਂ ਅਤੇ ਘਰ ਦੀਆਂ ਕੰਧਾਂ, ਜਿਨ੍ਹਾਂ ਦੀ ਯਾਦ ਉਹਨੂੰ ਪਰਿਵਾਰ ਦੇ ਜੀਆਂ ਨਾਲੋਂ ਕੋਈ ਘੱਟ ਨਹੀਂ ਸੀ ਆਉਂਦੀ ਰਹੀ। ਟਾਹਲੀਆਂ ਵਾਲਾ ਮੋੜ ਮੁੜ ਕੇ ਉਹਨੇ ਪਿੰਡ ਵੱਲ ਲੰਮੀ ਨਿਗਾਹ ਮਾਰੀ। ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦਾ ਖੰਡਾ ਧੁੱਪ ਵਿੱਚ ਲਿਸ਼ਕ ਰਿਹਾ ਸੀ। ਉਹਨੇ ਅੱਖਾਂ ਅੱਧ ਮੀਟੀਆਂ ਕਰਕੇ ਸਿਰ ਰਤਾ ਕੁ ਨੀਵਾਂ ਕੀਤਾ ਅਤੇ ਤੋਰ ਤਿੱਖੀ ਕਰ ਲਈ। ਪਰਿਵਾਰ ਲਈ ਲਿਆਂਦੀਆਂ ਚੀਜ਼ਾਂ ਨਾਲ ਭਰੇ ਥੈਲੇ ਨੂੰ ਉਹਨੇ ਦੂਜੇ ਮੋਢੇ ਉੱਤੇ ਬਦਲਿਆ ਅਤੇ ਜੇਬ ਵਿੱਚ ਰੱਖੀ ਨੋਟਾਂ ਦੀ ਨਿੱਕੀ ਜਿਹੀ ਥਈ ਉੱਤੇ ਹੱਥ ਫੇਰਿਆ। ਉਹਨੇ ਮਨ 'ਚ ਤਸਵੀਰ ਬਣਾਈ ਕਿ ਮਾਂ ਉਹਨੂੰ ਕਿਵੇਂ ਹਿੱਕ ਨਾਲ ਲਾ ਲਏਗੀ ਅਤੇ ਫਿਰ ਜਦੋਂ ਉਹਨੇ ਆਪਣੀ ਕਮਾਈ ਉਹਦੀ ਹਥੇਲੀ ਉੱਤੇ ਰੱਖੀ ਤਾਂ ਉਹ ਕਿੰਨੀ ਖੁਸ਼ ਹੋਏਗੀ। ਗੁਰਨਾਮ ਦੇ ਚੇਤੇ 'ਚ ਪਰਿਵਾਰ ਦੇ ਹਰੇਕ ਜੀ ਦੀ ਯਾਦ ਮਿੱਠੀ ਮਿੱਠੀ ਸੁਗੰਧੀ ਵਾਂਗ ਰੁਮਕਦੀ ਰਹਿੰਦੀ। ਪਰ ਆਪਣੀ ਮਾਂ ਪ੍ਰੇਮ ਕੌਰ ਨੂੰ ਯਾਦ ਕਰਕੇ ਉਹਦੀਆਂ ਅੱਖਾਂ ਅਤੇ ਸਿਰ ਬਿਲਕੁਲ ਉਵੇਂ ਝੁੱਕ ਜਾਂਦੇ ਜਿਵੇਂ ਹੁਣੇ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਦੇ ਖੰਡੇ ਨੂੰ ਵੇਖ ਕੇ ਝੁਕੇ ਸਨ। ਜਦੋਂ ਨਿੱਕਾ ਜਿਹਾ ਸੀ ਅਤੇ ਉਹਦਾ ਪਿਤਾ ਫੌਜ 'ਚ ਸੀ, ਪ੍ਰੇਮ ਕੌਰ ਨੇ ਕਿਵੇਂ ਕਿਵੇਂ ਔਖਾ ਕੱਟ ਕੇ ਘਰ ਤੋਰਿਆ ਸੀ ਅਤੇ ਗੁਰਨਾਮ ਨੂੰ ਪਾਲਿਆ ਸੀ। ਗਰਮੀ ਹੋਵੇ, ਸਰਦੀ ਹੋਵੇ, ਘਰ ਦੀ ਝਾੜ ਪੂੰਝ ਅਤੇ ਰੋਟੀ ਟੁੱਕ ਮਗਰੋਂ ਪ੍ਰੇਮ ਕੌਰ ਛੇਤੀ ਵਿਹਲੀ ਹੋ ਜਾਂਦੀ। ਵਾਹੀ ਤੋਂ ਬਿਨਾਂ ਕਿਸਾਨ ਘਰਾਂ 'ਚ ਕੰਮ ਵੀ ਕੀ ਹੁੰਦਾ ਅਤੇ ਉਹਦਾ ਵਾਹੀ ਕਰਨ ਵਾਲਾ ਸਿਆਂ ਕੂਹਾਂ ਉੱਤੇ ਬੈਠਾ ਸੀ। ਸਹੁਰਾ ਉਹਦਾ ਭਲਾ ਲੋਕ ਸੀ। ਬੰਦਿਆਂ ਦੇ ਕਰਨ ਵਾਲੇ ਨਿੱਕੇ ਮੋਟੇ ਕੰਮ ਨਿਬੇੜ ਕੇ ਉਹ ਦੋ ਰੋਟੀਆਂ ਛਕਦਾ ਅਤੇ ਆਪਣੇ ਵਰਗੇ ਹੋਰਾਂ ਕੋਲ ਸੱਥ 'ਚ ਜਾ ਬੈਠਦਾ। ਨੂੰਹਾਂ ਧੀਆਂ ਵਾਲੇ ਬੰਦੇ ਦਾ ਘਰੇ ਵਿਹਲੇ ਬੈਠੇ ਰਹਿਣਾ ਸੋਭਦਾ ਨਹੀਂ, ਬਹੂਆਂ ਘੁੰਡ ਕੱਢਣ ਕੇ ਕੰਮ ਕਰਨ, ਉਹ ਇਹੀ ਕਿਹਾ ਕਰਦਾ ਸੀ। ਸੱਸ ਉਹਦੀ ਮੋਮੋ ਠਗਣੀ ਗਰਮੀਆਂ 'ਚ ਗਿੱਲਾ ਲੀੜਾ ਪਿੰਡੇ ਉੱਤੇ ਫੇਰ ਕੇ, ਸਰਦੀਆਂ 'ਚ ਮੰਜੀ ਧੁੱਪੇ ਖਿੱਚ ਕੇ ਸਾਰਾ ਦੁਪਹਿਰਾ ਸੁੱਤੀ ਰਹਿੰਦੀ। ਰੱਜੀ ਮੈਂ ਵਾਂਗ ਘੁਰਾੜੇ ਮਾਰਦੀ ਰਹਿੰਦੀ। ਭਾਵੇਂ ਕੰਮ ਤਾਂ ਅਜਿਹਾ ਕੋਈ ਨਹੀਂ ਸੀ ਕਿ ਉਹਦੇ ਹੱਥ ਵਟਾਏ ਬਿਨਾਂ ਪ੍ਰੇਮ ਕੌਰ ਤੋਂ ਹੋ ਨਾ ਸਕਦਾ ਹੋਵੇ। ਫਿਰ ਵੀ ਜਿਹੜਾ ਬੰਦਾ ਚਾਰ ਰੋਟੀਆਂ ਭੰਨ ਲਵੇ ਉਹਨੂੰ ਕੁਛ ਤਾਂ ਸੂਆ ਸਿਲਾਈ ਕਰਨੀ ਚਾਹੀਦੀ ਹੈ। ਪ੍ਰੇਮ ਕੌਰ ਦੇ ਦਿਲ 'ਚ ਨਿੱਕਾ ਜਿਹਾ ਰੋਸ ਜਾਗਦਾ। ਇਕੱਲੀ ਪੇਂਡੂ ਤੀਵੀਂ ਦਾ ਚਰਖੇ ਜਿਹਾ ਹਮਦਰਦ ਹੋਰ ਕੋਈ ਨਹੀਂ ਅਤੇ ਜਿਉਂ ਜਿਉਂ ਫੱਟ ਘੁੰਮਦੇ ਜਾਂਦੇ ਬੀਤੇ ਦਿਨ ਇੱਕ ਇੱਕ ਕਰਕੇ ਪ੍ਰੇਮ ਕੌਰ ਦੇ ਸਾਹਮਣੇ ਉੱਗੜ ਪੈਂਦੇ। ਭਾਂਤ ਭਾਂਤ ਦੀਆਂ ਘਟਨਾਵਾਂ ਉਹਦੇ ਚੇਤੇ ਦੇ ਪਿੜ ਉੱਤੇ ਨੱਚਣ ਲੱਗਦੀਆਂ। ਪਤੀ ਨੂੰ ਯਾਦ ਕਰਕੇ ਉਹਦਾ ਚਿੱਤ ਖੁੱਸਣ ਲੱਗ ਪੈਂਦਾ ਅਤੇ ਢਹਿੰਦੇ ਦਿਲ ਨੂੰ ਢਾਰਸ ਦੇਣ ਲਈ ਉਹ ਗੀਤ ਛੇੜ ਲੈਂਦੀ। ਚਰਖੇ ਦੀ ਘੂੰ ਘੂੰ ਨਾਲ ਹੌਕੇ ਟੱਪੇ ਬਣ ਬਣ ਕੇ ਨਿਕਲਦੇ ਰਹਿੰਦੇ। ਬੀਤੇ 'ਚ ਡੁੱਬੀ ਉਗਾਉਂਦੀ ਰਹਿੰਦੀ ਅਤੇ ਚਰਖਾ ਤਾਲ ਦਿੰਦਾ ਰਹਿੰਦਾ। ਹੱਥੜੀ ਘੁਮਾ ਕੇ ਤੰਦ ਦੇ ਨਾਲ ਉਹ ਬੋਲ ਨੂੰ ਲਮਿਆਰਦੀ, ਰਾਤਾਂ ਕਾਲੀਆਂ ਇਕੱਲੀ ਨੂੰ ਡਰ ਆਵੇ। ਪੂਰੇ ਹੋ ਚੁੱਕੇ ਤੰਦ ਨੂੰ ਤੱਕਲੇ ਉੱਤੇ ਗੇੜਨ ਲਈ ਉਹ ਹੱਥੜੀ ਰੋਕ ਕੇ ਥੋੜ੍ਹਾ ਪਿਛਾਂਹ ਨੂੰ ਮੋੜਦੀ ਅਤੇ ਨਾਲ ਹੀ ਗੀਤ ਮੁੜ ਪੈਂਦਾ। ਵੇ ਗੇੜਾ ਫਿਰ ਸਿੱਧਾ ਹੋ ਜਾਂਦਾ ਅਤੇ ਗੀਤ ਪੂਰਨਤਾ ਵੱਲ ਤੁਰਦਾ। ਛੁੱਟੀ ਲੈ ਕੇ ਆ ਜਾ ਨੌਕਰਾ। 10 ਮਹੀਨੇ ਲੰਘ ਜਾਂਦੇ ਤਾਂ ਦਰਬਾਰਾ ਸਿੰਘ 2 ਮਹੀਨੇ ਲਈ ਘਰ ਮੁੜਦਾ। ਹਰ ਵਾਰ ਪ੍ਰੇਮ ਕੌਰ ਨੂੰ ਲੱਗਦਾ ਜਿਵੇਂ ਉਹ ਨਵੀਂ ਮੁਕਲਾਵੇ ਆਈ ਹੋਵੇ। ਉਹਦੇ ਰੂਪ ਦਾ ਤੇਜ ਸਾਂਭਿਆ ਨਾ ਜਾਂਦਾ। ਦਰਬਾਰਾ ਸਿੰਘ ਦੀ ਇੱਕ ਜਿੰਦੜੀ ਨਾਲ ਅੰਦਰ ਬਾਹਰ ਉਹਨੂੰ ਭਰਿਆ ਭਰਿਆ ਲੱਗਦਾ, ਪਰ ਗਿਣਤੀ ਦੇ ਦਿਨ ਵੀ ਕੀ ਹੁੰਦੇ ਹੈ। ਪ੍ਰੇਮ ਕੌਰ ਨਿਆਣਿਆਂ ਵਾਂਗ ਕਹਿੰਦੀ, ਜਾਏ ਖਾਣਾ ਮਹੀਨਾ 3 ਦਿਨ ਲੰਘ ਗਿਆ। ਛੁੱਟੀ ਮੁੱਕਣ ਵਾਲੀ ਹੋ ਜਾਂਦੀ ਅਤੇ ਉਹ ਬੈਠ ਬੈਠ ਸੋਚਦੇ, ਘਰੇ ਜੇ ਤੂੰ ਅੱਧੀ ਵੀ ਮਿਲ ਜਾਏ ਸੁਰਗ ਬੀਤਦਾ ਰਹੇ, ਪਰ ਅੱਧੀ ਮਿਲੇ ਕਿੱਥੋਂ। ਦਰਬਾਰਾ ਸਿੰਘ ਖੇਤਾਂ ਨੂੰ ਤੁਰ ਪੈਂਦਾ ਜਿਨ੍ਹਾਂ ਤੋਂ ਅੱਕ ਕੇ ਉਹ ਜਵਾਨੀ ਵੱਟੇ ਰੋਟੀਆਂ ਵਟਾਉਣ ਲਈ ਫੌਜ 'ਚ ਭਰਤੀ ਹੋਇਆ ਸੀ। ਜ਼ਮੀਨ ਕਿਸਾਨ ਦੀ ਮਾਂ ਹੁੰਦੀ ਹੈ, ਪਰ ਜੇ ਮਾਂ ਦੀ ਹਿੱਕ ਵਿੱਚ ਦੁੱਧ ਨਾ ਹੋਵੇ ਤਾਂ ਉਹ ਵਿਚਾਰੀ ਦਾ ਕੀ ਦੋਸ਼। ਪੀੜ੍ਹੀਆਂ ਤੋਂ ਵੰਡੀ ਜਾਂਦੀ, ਚੂੰਡੀ ਜਾਂਦੀ ਜ਼ਮੀਨ ਦੇ ਨੇ ਬੰਜਰ ਕਿਆਰੀਆਂ ਦਾ ਰੂਪ ਧਾਰ ਲਿਆ ਸੀ। ਇਹਨਾਂ ਕਿਆਰੀਆਂ 'ਚ ਵਾਹੀ ਕਰਨਾ ਐਵੇਂ ਮੱਥਾ ਮਾਰਨ ਵਾਲੀ ਗੱਲ ਸੀ। ਮਿਹਨਤ ਨੂੰ ਆਸ ਅਤੇ ਹੱਕ ਜਿੰਨਾ ਸਿੱਟਾ ਕਦੇ ਨਹੀਂ ਸੀ ਪੈਂਦਾ। ਕਮਾਈ ਦੇ ਹੌਸਲੇ ਦਾ ਲੱਕ ਤੋੜਨ ਵਾਲਾ ਵੱਡਾ ਕਾਰਨ ਪਾਣੀ ਦੀ ਘਾਟ ਸੀ। ਖੂਹ ਲਾਉਣ ਦੀ ਪਰੋਖੋਂ ਨਹੀਂ ਸੀ ਅਤੇ ਸੂਏ ਦੀ ਉਂਝ ਉਹਨਾਂ ਦੇ ਪਿੰਡ ਤੇਲ ਸੀ। ਲੋੜ ਵੇਲੇ ਕਈ ਕਈ ਹਫ਼ਤੇ ਪਾਣੀ ਨਾ ਆਉਂਦਾ। ਫਸਲਾਂ ਸੋਕੇ ਨਾਲ ਸੜ ਜਾਂਦੀਆਂ, ਤੀਲੇ ਬਣ ਕੇ ਵਿਰੋਲਿਆਂ 'ਚ ਉੱਡਦੀਆਂ ਰਹਿੰਦੀਆਂ। ਵਰਖਾ ਰੁੱਤ ਆਉਂਦੀ ਤਾਂ ਪਿਛਲੇ ਸਭ ਪਿੰਡਾਂ ਦੇ ਮੋਗੇ ਲੋਕ ਬੰਦ ਕਰ ਦਿੰਦੇ। ਤੇਲ ਦੇ ਖੇਤਾਂ 'ਚ ਖੇਤੀ ਪਾਣੀ ਨਾਲ ਸੜ ਜਾਂਦੀ।
ਕਈ ਸਾਲ ਦਰਬਾਰਾ ਸਿੰਘ ਸਿਰੜ ਕਰਕੇ ਮਿੱਟੀ ਨਾਲ ਘੁਲਦਾ ਰਿਹਾ, ਪਰ ਉਹਦੀਆਂ ਲਿਪੀਆਂ ਪੋਚੀਆਂ ਬੁਖਾਰੀਆਂ ਨੱਕੋ ਨੱਕ ਕਦੇ ਵੀ ਨਾ ਭਰੀਆਂ। ਉਹਦੀ ਹੱਡ ਭੰਨ ਮਿਹਨਤ ਅਜਾਈ ਜਾਂਦੀ ਵੇਖ ਉਹਦੇ ਪਿਤਾ ਨੇ ਉਹਨੂੰ ਵਾਹੀ ਛੱਡ ਕੇ ਭੈਣ ਦੇ ਪਿੰਡ ਚਲੇ ਜਾਣ ਦੀ ਸਲਾਹ ਦਿੱਤੀ। ਦਰਬਾਰਾ ਸਿੰਘ ਦਾ ਭਣੋਈਆ ਕਈ ਵਾਰ ਕਹਿ ਗਿਆ ਸੀ ਵੀ ਉਸ ਕੋਲ ਟਰੈਕਟਰ ਚਲਾ ਛੱਡੇ ਅਤੇ ਮੌਜ ਕਰੇ। ਧੀ ਦੇ ਘਰ ਜਾਣ ਵਾਲੀ ਗੱਲ ਸੀ ਤਾਂ ਸਮਾਜਿਕ ਤੌਰ ਉੱਤੇ ਹੀਣਤ ਵਾਲੀ, ਪਰ ਬਜ਼ੁਰਗ ਨੂੰ ਸਮੱਸਿਆ ਦਾ ਹੋਰ ਕੋਈ ਹੱਲ ਵਿਖਾਈ ਨਹੀਂ ਸੀ ਦੇ ਰਿਹਾ। ਇੱਕ ਦਿਨ ਦਰਬਾਰਾ ਸਿੰਘ ਹਾਰੇ ਹੋਏ ਟਾਂਡੇ ਵੇਚਣ ਮਾਲ ਮੰਡੀ ਦੇ ਰਾਹ ਪੈ ਗਿਆ। ਪੰਜਾਂ ਦਸਾਂ ਦਾ ਘਾਟਾ ਵਾਧਾ ਵੀ ਉਹਨੇ ਨਾ ਗਿਣਿਆ, ਨਾਲੇ ਉਹਦਾ ਤਾਂ ਚਿੱਤ ਡੋਲ ਰਿਹਾ ਸੀ ਜਿਵੇਂ ਉਹ ਬਲਦ ਨਾ ਵੇਚ ਰਿਹਾ ਹੋਵੇ ਸਗੋਂ ਆਪਣੀਆਂ ਬਾਹਾਂ ਵਢਵਾ ਰਿਹਾ ਹੋਵੇ। ਅਤੇ ਉਹ ਚਾਹੁੰਦਾ ਸੀ ਕਿ ਜਦੋਂ ਟੋਕਾ ਚੱਲਣਾ ਹੀ ਹੈ ਛੇਤੀ ਚੱਲੇ ਸੋ ਚੰਗਾ। ਰੱਸੇ ਉਹਨੇ ਗਾਹਕ ਦੇ ਹੱਥ ਫੜਾ ਦਿੱਤੇ ਅਤੇ ਰਕਮ ਝੋਲੀ ਪਵਾ ਕੇ ਸੱਖਣਾ ਜਿਹਾ ਹੋ ਗਿਆ। ਉਹਨੂੰ ਜਾਂਦਾ ਵੇਖ ਬਗਾਨੇ ਹੱਥ ਫੜੇ ਹੋਏ ਬਲਦ ਜ਼ੋਰ ਨਾਲ ਰੰਭੇ। ਉਹਦੀਆਂ ਅੱਖਾਂ ਦੇ ਕੋਇਆਂ 'ਚ ਪਾਣੀ ਸਿੰਮ ਆਇਆ। ਉਹਦਾ ਚਿੱਤ ਕੀਤਾ ਉਹ ਮੁੜ ਕੇ ਉਹਨਾਂ ਦੇ ਸਿੰਘ ਜਾ ਪਲੋਸੇ, ਪਰ ਹੁਣ ਮੋਹ ਕਾਹਦਾ, ਇਉਂ ਕੀਤਿਆਂ ਨਵੇਂ ਮਾਲਕ ਨੇ ਵੀ ਗੁੱਸੇ ਹੋ ਜਾਣਾ ਸੀ। ਬਲਦਾਂ ਨੇ ਉਹਨੂੰ ਵਫਾ ਨਹੀਂ ਸੀ ਕਰਨੀ। ਉਹਨੂੰ ਲੱਗ ਰਿਹਾ ਸੀ ਜਿਵੇਂ ਉਹਦੇ ਭਰੇ ਪਿੜ ਨੂੰ ਅੱਗ ਲੱਗ ਗਈ ਹੋਵੇ। ਉਹ ਡਿੱਗ ਡਿੱਗ ਪੈਂਦੇ ਦਿਲ ਨੂੰ ਹੋੜਾ ਦੇਣ ਲਈ, ਚਿੱਤ ਨੂੰ ਹੋਰ ਪਾਸੇ ਲਾਉਣ ਲਈ ਮੇਲੇ ਦਾ ਗੇੜਾ ਕੱਢਣ ਲੱਗ ਪਿਆ। ਇੱਕ ਨਵੇਕਲੇ ਥਾਂ ਜੁੜੀ ਹੋਈ ਭੀੜ ਵੱਲ ਉਹਦੇ ਪੈਰ ਖਿੱਚੇ ਗਏ। ਇਕੱਠ 'ਚੋਂ ਕਿਸੇ ਨੇ ਦੱਸਿਆ ਇਹ ਢਾਂਗੇ ਵਾਲੇ ਸਨ। ਇੱਕਦਮ ਉਹਦੇ ਕੰਨਾਂ 'ਚ ਭੈਣ ਘਰ ਭਾਈ ਕੁੱਤਾ ਦੀ ਕਹਾਵਤ ਜ਼ੋਰ ਜ਼ੋਰ ਨਾਲ ਗੂੰਜ ਉੱਠੀ। ਨਹੀਂ ਨਹੀਂ, ਉਹ ਤੋਂ ਇਹ ਨਹੀਂ ਸੀ ਝੱਲਿਆ ਜਾਣਾ। ਉਹਦੇ ਧੁਰ ਅੰਦਰ ਇੱਕ ਲਹਿਰ ਜੀ ਉੱਠੀ, ਇੱਕ ਚੀਸ ਜੀ ਵੱਜੀ ਅਤੇ ਉਹਨੇ ਮਨ ਮਾਰ ਕੇ ਛਾਤੀ ਭਰਤੀ ਅਫਸਰ ਦੇ ਫੀਤੇ ਮੂਹਰੇ ਕਰ ਦਿੱਤੀ। ਅਤੇ ਘਰੇ ਸਕੀਮੀ ਸੀ ਪਰ ਪੁੱਤ ਤਾਂ ਪੰਜਾਬੀ ਜੱਟਾਂ ਦਾ ਸੀ। ਗੁੰਦਿਆ ਸਰੀਰ ਵੇਖ ਕੇ ਅਫਸਰ ਖੁਸ਼ ਹੋ ਗਏ ਅਤੇ ਉਹ ਭਰਤੀ ਕਰ ਲਿਆ ਗਿਆ। ਡਾਕਖਾਨੇ ਜਾ ਕੇ ਬਲਦਾਂ ਦੇ ਰੁਪਏ ਉਹਨੇ ਮਨੀ ਆਰਡਰ ਕਰਵਾ ਦਿੱਤੇ ਅਤੇ ਇੱਕ ਕਾਰਡ ਲਿਖਵਾ ਦਿੱਤਾ। ਮਾਂ ਪਿਓ ਬੜੇ ਕਲਪੇ, ਪਰ ਉਹਨਾਂ ਦਾ ਫਰਜ਼ ਤਾਂ ਡੋਲਦੀ ਪ੍ਰੇਮ ਕੌਰ ਨੂੰ ਧੀਰਜ ਦੇਣਾ ਸੀ। ਸਹੁਰੇ ਨੇ ਆਪਣੀਆਂ ਅੱਖਾਂ ਪੂੰਝ ਕੇ ਉਹਦੇ ਸਿਰ ਉੱਤੇ ਹੱਥ ਫੇਰਿਆ। ਨਾ ਰੋ ਧੀਏ, ਮੈਂ ਨੰਬਰਦਾਰ ਨੂੰ ਨਾਲ ਲੈ ਕੇ ਉਹਦਾ ਨਾਮਾ ਕਟਵਾ ਲਿਆਉ, ਹੌਸਲਾ ਰੱਖ ਕਮਲੀ। ਦਰਵੇਸ਼ ਬਿਰਧ ਨੇ ਪੰਚਾਇਤ ਦੇ ਗੂਠੇ ਲਵਾ ਕੇ ਕਈ ਅਰਜ਼ੀਆਂ ਭੇਜੀਆਂ, ਆਪ ਜਾ ਕੇ ਵੀ ਤਰਲੇ ਕੀਤੇ, ਪਰ ਸਿਆਣਿਆਂ ਦਾ ਕਥਨ ਹੈ ਜਾਣਾ ਆਪਣੇ ਹੱਥ ਮੁੜਨਾ ਬਗਾਨੇ ਹੱਥ। ਉੜਕ ਸਾਰੇ ਟੱਬਰ ਨੇ ਸਬਰ ਕਰਕੇ ਇਹ ਗੱਲ ਸਹਿ ਲਈ, ਸ਼ਾਇਦ ਇਸੇ 'ਚ ਹੀ ਸਭ ਦਾ ਭਲਾ ਸੀ। ਛੁੱਟੀ ਆਇਆ ਦਰਬਾਰਾ ਸਿੰਘ ਲੂਣ ਤੇਲ ਜੋਗੇ ਪੈਸੇ ਦੇ ਜਾਂਦਾ। ਕਰਜ਼ਾ ਬਲਦਾਂ ਦੀ ਵੱਟਤ ਨਾਲ ਉੱਤਰ ਚੁੱਕਿਆ ਸੀ ਅਤੇ ਦੋ ਚਾਰ ਮਣ ਦਾਣੇ ਹਿੱਸੇ ਉੱਤੇ ਦਿੱਤੀ ਜ਼ਮੀਨ 'ਚੋਂ ਆ ਜਾਂਦੇ ਸੀ। ਕਈ ਵਾਰ ਉਹ ਸੋਚਦਾ ਬਜਵੇਂ ਚਾਰ ਛਿੱਲੜ ਜ਼ਰੂਰ ਮਿਲਣ ਲੱਗ ਪਏ, ਪਰ ਸੁਰਗ ਤਾਂ ਹੱਥੋਂ ਜਾਂਦਾ ਰਿਹਾ। ਛੁੱਟੀ ਪੂਰੀ ਹੋ ਜਾਂਦੀ, ਉਹੀ ਲੈਫਟ ਰਾਈਟ ਦਰਬਾਰਾ ਸਿੰਘ ਲਈ ਅਤੇ ਉਹੀ ਚਰਖਾ ਪ੍ਰੇਮ ਕੌਰ ਦਾ ਹਮਦਰਦ। ਇੱਕ ਦਿਨ ਗੁਰਨਾਮ ਨੂੰ ਸਕੂਲ ਦੇ ਸਵਾਲ ਕੱਢਣ ਲਾ ਕੇ ਪ੍ਰੇਮ ਕੌਰ ਨੇ ਚਰਖਾ ਡਾਹਿਆ ਤਾਂ ਤਕੜਾ ਵਿੰਗਾ ਹੋਇਆ ਪਿਆ ਸੀ। ਜੁੱਤੀ ਉਹਨੇ ਪੈਰਾਂ 'ਚ ਅੜੂੰਗੀ ਅਤੇ ਨਾਲ ਦੇ ਘਰ ਵਾਲੀ ਅੰਮਾ ਜੀ ਨੂੰ ਤਕੜਾ ਸਿੱਧਾ ਕਰਵਾਉਣ ਲਈ ਸੱਦਣ ਤੁਰ ਪਈ। ਉਹ ਘਰ ਮੁੜੀ ਤਾਂ ਫੱਟੀ ਲਿਖਦਾ ਗੁਰਨਾਮ ਭੋਲੇ ਭਾਗ ਆ ਰਿਹਾ ਸੀ। ਰਾਤਾਂ ਕਾਲੀਆਂ, ਇਕੱਲੀ ਨੂੰ ਡਰ ਆਵੇ, ਛੁੱਟੀ ਲੈ ਕੇ ਆ ਜਾ ਨੌਕਰਾਂ। ਪਲ ਭਰ ਲਈ ਉਹ ਲਾਲ ਸੂਈ ਹੋ ਗਈ। ਉਹਨੂੰ ਲੱਗਿਆ ਜਿਵੇਂ ਗੁਰਨਾਮ ਹੁਣ ਗੱਭਰੂ ਹੁੰਦਾ ਜਾ ਰਿਹਾ ਹੈ। ਉਹ ਆਪਣੀ ਅਣਜਾਣੀ ਗਲਤੀ ਉੱਤੇ ਖਿੱਝ ਪਈ ਕਿ ਉਹ ਮੁੰਡੇ ਦੇ ਬੈਠਿਆਂ ਹੀ ਉਹ ਊਟ ਪਟਾਂਗ ਗਾਉਂਦੀ ਰਹਿੰਦੀ ਸੀ। ਉਹਨੇ ਲਾਡ ਭਰੀ ਘੂਰੀ ਵੱਟੀ, ਹੈ ਬੇਸ਼ਰਮ, ਮੁੰਡੇ ਨਹੀਂ ਬੁੜੀਆਂ ਵਾਲੇ ਗੀਤ ਗਾਉਂਦੇ ਹੁੰਦੇ। ਅਤੇ ਜਿਉਂ ਜਿਉਂ ਗੁਰਨਾਮ ਦੇ ਅੰਗ ਭਰਦੇ ਗਏ, ਪ੍ਰੇਮ ਕੌਰ ਨੂੰ ਲੱਗਦਾ ਜਿਵੇਂ ਬੁੜੀ ਹੁੰਦੀ ਜਾ ਰਹੀ ਹੋਵੇ। ਉਹ ਜਵਾਨ ਹੋ ਰਹੇ ਪੁੱਤਰ ਸਾਹਮਣੇ ਸੰਭਲੀ ਸੰਭਲੀ ਰਹਿਣ ਲੱਗ ਪਈ। ਸ਼ਹਿਰ ਦੇ ਸਕੂਲੋਂ ਗੁਰਨਾਮ ਨੇ 10 ਪਾਸ ਕਰ ਲਈਆਂ ਅਤੇ ਅੱਗੋਂ ਦੂਰ ਦਾ ਖਰਚ ਝੱਲਣ ਦੀ ਘਰ 'ਚ ਪਹੁੰਚ ਨਹੀਂ ਸੀ। ਇੱਕ ਛੁੱਟੀ 'ਚ ਦਰਬਾਰਾ ਸਿੰਘ ਨੇ ਪ੍ਰੇਮ ਕੌਰ ਨਾਲ ਸਲਾਹ ਕਰਕੇ ਆਪਣੇ ਨਾਲ ਛੁੱਟੀ ਆਏ ਹੋਏ ਗੁਆਂਢੀ ਪਿੰਡ ਦੇ ਇੱਕ ਫੌਜੀ ਮਿੱਤਰ ਦੀ ਕੁੜੀ ਭਗਵੰਤ ਨਾਲ ਗੁਰਨਾਮ ਦਾ ਵਿਆਹ ਕਰ ਦਿੱਤਾ। ਭਗਵੰਤ ਸੋਹਣੀ ਵੀ ਰੱਜ ਕੇ ਸੀ ਅਤੇ ਨੇਕ ਵੀ। ਗੁਰਨਾਮ ਆਪਣੇ ਭਾਗ ਸਲਾਹੇ ਬਿਨਾਂ ਨਾ ਰਹਿ ਸਕਿਆ। ਦਰਬਾਰਾ ਸਿੰਘ ਅਗਲੀ ਛੁੱਟੀ ਆਇਆ ਤਾਂ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਹੋਰ 4 ਮਹੀਨਿਆਂ ਨੂੰ ਉਹਨੂੰ ਪੈਨਸ਼ਨ ਮਿਲ ਜਾਣੀ ਸੀ। ਅਤੇ ਇੱਕ ਦਿਨ ਉਹਨੇ ਪ੍ਰੇਮ ਕੌਰ ਨੂੰ ਅੰਦਰ ਸਬਾਤ ਵਿੱਚ ਸੱਦਿਆ, ਮੇਰੀ ਸਲਾਹ ਹੈ ਮੈਂ ਗੁਰਨਾਮ ਨੂੰ ਨਾਲ ਹੀ ਲੈ ਜਾਵਾਂ ਅਤੇ ਆਪਣੇ ਹੱਥੀਂ ਭਰਤੀ ਕਰਵਾ ਦੇਵਾਂ, ਮੇਰੇ ਹੁੰਦਿਆਂ ਹੁੰਦਿਆਂ ਉਹਦੀ ਜਾਣ ਪਛਾਣ ਉੱਥੇ ਹੋ ਜਾਏ। ਜੀ ਫੌਜ ਦੀ ਨੌਕਰੀ ਕਾਹਦੀ, ਜਵਾਨੀ ਯਾਦ ਕਰਕੇ ਪ੍ਰੇਮ ਕੌਰ ਦਾ ਬੇਮਲੂਮਾ ਜਿਹਾ ਹੌਕਾ ਨਿਕਲ ਗਿਆ। ਪਰ ਉਹਨੇ ਗੱਲ ਬਦਲ ਲਈ, ਵਰਦੀਆਂ ਗੋਲੀਆਂ ਅਤੇ ਉਹਨੇ ਪਤੀ ਦੀ ਖੱਬੀ ਲੱਤ ਵੱਲ ਤੱਕਿਆ ਜਿਹਦੇ ਮਾਸ ਨੂੰ ਇੱਕ ਗੋਲੀ ਚੱਟ ਕੇ ਲੰਘ ਗਈ ਸੀ। ਜੇ ਰਤਾ ਹੱਡੀ ਨੂੰ ਛੋਹ ਜਾਂਦੀ, ਲਗਰ ਅਰ ਗਈ, ਸਰੀਰ ਦੀ ਜਾ ਜਾਂਦੀ ਹੋ ਜਾਣੀ ਸੀ। ਦਰਬਾਰਾ ਸਿੰਘ ਤਾੜ ਗਿਆ ਅਤੇ ਹੱਸ ਪਿਆ।
ਤੂੰ ਤਾਂ ਪ੍ਰੇਮ ਕਰੇ ਭੋਲੀ ਹੈ। ਮੈਂ ਸੀ ਅਨਪੜ੍ਹ, ਗੁਰਨਾਮ ਸਿੰਘ ਦਸ ਪਾਸ। ਇਹਨੇ ਮੋਰਚਿਆਂ ਉੱਤੇ ਥੋੜ੍ਹਾ ਜਾਣਾ, ਇਹ ਤਾਂ ਦਫ਼ਤਰਾਂ ਦਾ ਕਲਰਕ ਬਣੋ। ਬਿਜਲੀ ਦੇ ਪੱਖੇ, ਬੈਂਤ ਦੀਆਂ ਕੁਰਸੀਆਂ, ਲੋਕ ਸਲਾਮਾਂ ਕਰਨਗੇ। ਮਰਦੇ ਰਹਿਣ ਮਹੱਤੜ ਵਰਗੇ ਲਾਮ 'ਚ ਲੜ ਲੜ ਕੇ। ਪ੍ਰੇਮ ਕੌਰ ਨੂੰ ਗੱਲ ਤਾਂ ਠੀਕ ਲੱਗੀ, ਪਰ ਭਗਵੰਤ ਆਪਣੇ ਦਿਨ ਅਜੇ ਵੀ ਪ੍ਰੇਮ ਕੌਰ ਲਈ ਬੇਹੇ ਨਹੀਂ ਸੀ ਹੋਏ। ਭਗਵੰਤ ਦਾ ਮਾਸੂਮ ਚਿਹਰਾ ਮੁੜ ਮੁੜ ਉਹਦੀਆਂ ਅੱਖਾਂ ਅੱਗੇ ਆ ਜਾਂਦਾ। ਦੂਜੇ ਪਾਲੀ ਪਤੀ ਦੀ ਦਲੀਲ ਫਿਰ ਭਾਰੂ ਹੋ ਜਾਂਦੀ। ਇਕੱਲੀ ਪੈਨਸ਼ਨ ਨਾਲ ਤਾਂ ਕੁਛ ਨਹੀਂ ਬਣਿਆ ਕਰਨਾ, ਨਾਲੇ ਗੁਰਨਾਮ ਸਾਰੀ ਉਮਰ ਵਿਹਲਾ ਤਾਂ ਵਿਹਲਾ ਹੀ ਤਾਂ ਨਹੀਂ ਰੱਖਣਾ। ਪੈਰਾਂ ਉੱਤੇ ਖੜ੍ਹਾ ਹੋ ਜਾਊ, ਸਰਕਾਰੀ ਨੌਕਰੀਆਂ ਕਿਤੇ ਧਰੀਆਂ ਪਈਆਂ ਨੇ, ਅਤੇ ਜੇ ਕੋਈ ਨੌਕਰੀ ਨੇੜੇ ਤੇੜੇ ਮਿਲ ਜਾਏ ਤਾਂ ਘਰ ਦੇ ਕੋਲ ਰਹੇ ਜਾਂ ਭਗਵੰਤ ਨੂੰ ਹੀ ਨਾਲ ਲੈ ਜਾਇਆ ਕਰੇ, ਪ੍ਰੇਮ ਕੌਰ ਨੇ ਦਿਲ ਦੀ ਕਹੀ। ਫੌਜ ਦੀ ਰੀਸ ਹੋਰ ਨੌਕਰੀਆਂ ਕੀ ਕਰਨਗੀਆਂ, ਭੁੱਲੀਏ। ਦਰਬਾਰਾ ਸਿੰਘ ਨੇ ਕਿੱਲੀ ਉੱਤੇ ਟੰਗੀ ਆਕੜੀ ਹੋਈ ਵਰਦੀ ਦੀ ਹਿੱਕ ਉੱਤੇ ਲੱਗੀਆਂ ਬਹਾਦਰੀਆਂ ਵੱਲ ਨਿਗਾਹ ਮਾਰੀ ਅਤੇ ਲੜਾਈ ਮੁੱਕਣ ਦੀ ਦੇਰ ਹੈ, ਕਲਰਕਾਂ ਸ਼ਲਰਕਾਂ ਨੂੰ ਤਾਂ ਟੱਬਰ ਵਾਸਤੇ ਕੁਆਟਰ ਮਿਲ ਹੀ ਜਾਇਆ ਕਰਨਗੇ, ਚਿੱਤ ਕਰੂ, ਗੁਰਨਾਮ ਬਹੂ ਨੂੰ ਨਾਲ ਲੈ ਜਾਇਆ ਕਰੂ। ਅਤੇ ਜਾਂਦੇ ਹੋਏ ਦਰਬਾਰਾ ਸਿੰਘ ਨਾਲ ਗੁਰਨਾਮ ਵੀ ਸੀ। ਪੁੱਤਰ ਦੀ ਦੁਖੀ ਚੁੱਪ ਉੱਤੇ ਵੀ ਉਹਦੀਆਂ ਪ੍ਰੇਮ ਕੌਰ ਨੂੰ ਦਿੱਤੀਆਂ ਦਲੀਲਾਂ ਹੀ ਕਾਟ ਕਰ ਗਈਆਂ ਸੀ। ਅਫਸਰ ਨੂੰ ਆਪਣੀ ਵਫ਼ਾਦਾਰੀ ਦੀ ਗਵਾਹੀਆਂ ਦੇ ਦੇ ਕੇ ਉਹਨੇ ਗੁਰਨਾਮ ਨੂੰ ਕਲਰਕਾਂ 'ਚ ਥਾਂ ਦਵਾ ਦਿੱਤੀ। ਸਿਆਣੇ ਕਿਸਾਨ ਦੇ ਪੁਰਾਣਾ ਬਿਰਚ ਪੁੱਟਣ ਨਾਲ ਖਾਲੀ ਹੋਈ ਥਾਂ ਉੱਤੇ ਨਵਾਂ ਬੂਟਾ ਲਾ ਦੇਣ ਵਾਂਗ ਉਹ ਆਪਣੀ ਥਾਂ ਭਰ ਚੱਲਿਆ ਸੀ। ਘਰ ਪੁੱਤਰ ਹੋਣ ਦੀ ਖਬਰ ਆਈ ਤਾਂ ਗੁਰਨਾਮ ਛੁੱਟੀ ਲਈ ਕਾਲੇ ਪੈ ਗਿਆ। ਚਿੱਠੀ ਦੇ ਬੋਲ ਉਹਦੇ ਕੰਨਾਂ 'ਚ ਗੂੰਜਦੇ ਰਹਿੰਦੇ। ਛੇਕੜ ਉਹਨੂੰ ਛੁੱਟੀ ਮਿਲ ਹੀ ਗਈ। ਕਿੰਨਾ ਹੀ ਕੁਝ ਭਗਵੰਤ ਅਤੇ ਬੱਚੇ ਲਈ ਉਹਨੇ ਖਰੀਦ ਲਿਆ। ਮਾਪਿਆਂ ਲਈ ਵੀ ਉਹ ਖਾਲੀ ਹੱਥ ਨਹੀਂ ਸੀ ਜਾਣਾ ਚਾਹੁੰਦਾ। ਕਾਫ਼ੀ ਕੱਪੜੇ ਅਤੇ ਨਿੱਕ ਸੁੱਕ ਉਹਨੇ ਸਾਂਭ ਲਿਆ। ਛੁੱਟੀ ਇੰਨੀ ਅਚਾਨਕ ਮਨਜ਼ੂਰ ਹੋ ਗਈ ਸੀ ਕਿ ਪਿੰਡ ਪਹੁੰਚਣ ਦੀ ਚਿੱਠੀ ਵੀ ਉਹ ਨਹੀਂ ਸੀ ਪਾ ਸਕਿਆ। ਗੱਡੀਆਂ ਉਤਰ ਕੇ ਸਮਾਨ ਉਹਨੇ ਦਾਣੇ ਵੇਚਣ ਆਏ ਗੁਆਂਢੀਆਂ ਦੇ ਗੱਡੇ ਉੱਤੇ ਰੱਖ ਦਿੱਤਾ ਅਤੇ ਆਪ ਪੈਦਲ ਤੁਰ ਪਿਆ। ਘਰ ਪਹੁੰਚਦਿਆਂ ਉਹਨੂੰ ਨਰਮ ਜਿਹਾ ਦੁਪਹਿਰਾਂ ਹੋ ਗਿਆ ਸੀ। ਡੁੱਲ ਡੁੱਲ ਪੈਂਦੇ ਚਾਹ ਅਤੇ ਧੜਕਦੇ ਦਿਲ ਨਾਲ ਉਹਨੇ ਦਰਵਾਜ਼ੇ ਓਹਲਿਓ ਇਕੱਲਾ ਸਿਰ ਅੱਗੇ ਕਰਕੇ ਚੋਰ ਝਾਤੀ ਮਾਰੀ। ਮਾਂ ਪਿਓ ਸ਼ਾਇਦ ਘਰ ਨਹੀਂ ਸਨ। ਬਾਰ ਵੱਲ ਪਿੱਠ ਕਰਕੇ ਚਰਖਾ ਕਾਤਰੀ ਭਗਵੰਤ ਕੋਲ ਪੀੜ੍ਹੀ ਉੱਤੇ ਕਾਕਾ ਪਿਆ ਖੇਡ ਰਿਹਾ ਸੀ। ਟੁੱਟੇ ਤੰਦ ਨੂੰ ਉਹਨੇ ਮੂੰਹ ਨਾਲ ਗਿੱਲਾ ਕਰਕੇ ਜੋੜਿਆ ਅਤੇ ਗਾਉਣ ਲੱਗ ਪਈ। ਰਾਤਾਂ ਕਾਲੀਆਂ, ਇਕੱਲੀ ਨੂੰ ਡਰ ਆਵੇ ਵੀ ਛੁੱਟੀ ਲੈ ਕੇ ਆ ਜਾ ਨੌਕਰਾ। ਇੱਕੋ ਬੋਲ ਨੇ ਗੁਰਨਾਮ ਦੇ ਚੇਤੇ ਉੱਤੇ ਕਈ ਵਰ੍ਹਿਆਂ ਦੀ ਤੈਅ ਉਖੇੜ ਦਿੱਤੀ। ਖੜ੍ਹੇ ਖੜ੍ਹੇ ਉਹਦੀਆਂ ਅੱਖਾਂ ਸਿੱਲੀਆਂ ਹੋ ਗਈਆਂ। ਇੱਕ ਧੁੰਦ ਜਿਹੀ ਉਹਦੇ ਸਾਹਮਣੇ ਪਸਰ ਗਈ, ਇੱਕ ਪਰਦਾ ਜਿਹਾ ਤਣ ਗਿਆ ਜਿਸ ਉੱਤੇ ਦੋ ਪਰਛਾਵੇਂ ਥਰਕ ਰਹੇ ਸਨ। ਬੜੇ ਯਤਨਾਂ ਨਾਲ ਵੀ ਉਹ ਇਹ ਨਿਰਣਾ ਨਾ ਕਰ ਸਕਿਆ ਕਿ ਇਹ ਪਰਛਾਵੇਂ ਉਹਦੇ ਮਾਂ ਪਿਓ ਦੇ ਸਨ ਜਾਂ ਭਗਵੰਤ ਅਤੇ ਉਹਦੇ ਆਪਣੇ। ਧੰਨਵਾਦ।